ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਧੌਲਾ, ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਇੱਕ ਤਾਂ ਝੋਟੀ ਦਿਖਾਵਾਂਗੇ, ਦੂਜਾ ਸੂਆ 16 ਕਿਲੋ ਕੰਡੇ ਦਾ ਦੁੱਧ ਹਾਜ਼ਰ, ਨਾਲ ਕੱਟੀ ਆ ਗਈ ਟੌਪ ਦੇ ਸੀਮਨ ਦੀ, ਤੇ ਇੱਕ HF ਵੱਛੀ ਦਿਖਾਵਾਂਗੇ ਸੂਣ 'ਚ ਕੱਢਦੀ ਆ ਦੇਣਾ, ਤੇ ਇੱਕ ਦਿਖਾ ਦਾਂਗੇ ਜਰਸੀ ਦਾ ਤੋਹਫਾ। ਇਹ ਸੂਣ ਦੇ ਤਕਰੀਬਨ ਨੇੜ ਆ, 5-7 ਦਿਨ ਕੱਢੂਗੀ। ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ, ਤੇ ਜਿਹੜੀ ਰੇਟ ਵਾਲੀ ਗੱਲਬਾਤ ਹੈ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਤੁਹਾਡੀ। ਆ ਜਾ ਬਾਈ ਫਿਰ। ਹੋਰ ਜਗਪਾਲ ਕਿਵੇਂ? ਕੀ ਹਾਲ ਆ ਬਾਈ ਗੁਰੇ? ਚੜ੍ਹਦੀ ਕਲਾ। ਹਾਂਜੀ ਬਾਈ, ਬਹੁਤ। ਇੱਕ ਗੱਲ ਹੋਰ ਦੱਸ ਦੇਣਾ ਬਾਈ, ਖੇਡਦਾ ਵੀ ਰਿਹਾ ਨਾ? ਹਾਂ ਬਾਈ। ਜਗਪਾਲ, ਕਿਉਂਕਿ ਜਿਹੜੇ ਸੱਜਣ ਕਬੱਡੀ ਨੂੰ ਮਾੜਾ ਮੋਟਾ ਵੀ ਜਾਣਦੇ ਨੇ ਬਾਈ ਨੂੰ ਜਾਣਦੇ ਹੋਣਗੇ, ਕਾਫੀ ਵਧੀਆ ਲੈਵਲ ਤੇ ਕਹਿ ਸਕਦੇ ਆਪਾਂ ਬਾਈ ਨੇ ਕਬੱਡੀ ਖੇਡੀ ਆ, ਤੇ ਅੱਜ ਕੱਲ ਬਾਈ ਦਾ ਰੁਝਾਨ ਹੋ ਗਿਆ ਇਧਰਲੇ ਬੰਨੇ, ਹਾਂ ਪਸ਼ਮ ਹਾਂ ਵਾਲੇ ਬਾਈ, ਬੰਨੇ। ਮੈਨੂੰ ਸ਼ੌਂਕ ਵੀ ਆ। ਠੀਕ ਹੈ ਗੱਲ। ਤੇ ਉਹ ਝੋਟੀ ਜਗਪਾਲ ਕਰਦੀ ਆਪਣੀ? ਹਾਂ ਬਈ, ਦੇ ਕਰਦੀ ਹੈਗੀ। ਠੀਕ ਹੈ ਗੱਲ। ਹਾਂ ਉਹ ਝੋਟੀ ਤੋਂ ਕਰਦੀ ਸ਼ੁਰੂ ਫਿਰ? ਹਾਂ, ਝੋਟੀ ਤੋਂ ਕਰ ਦਿਓ ਬਾਈ। ਆ ਮਾਰ ਗਿਆ ਰੀ ਕੈਮਰਾ ਝੋਟੀ ਦੇ, ਪਹਿਲਾਂ ਤਾਂ ਕੱਟੀ ਤੇ ਮਾਰਦੇ ਯਾਰ ਕੈਮਰਾ, ਕੱਟੀ ਨਾ ਬਾਈ ਨੇ ਕੋਹੀਨੂਰ ਦੀ ਬਹੁਤ ਕਮਾਲ ਦੀ ਬੱਚੀ ਹੈ। ਤਿਆਰ ਕਰੀ ਹੈ। ਕਿਹੜੇ ਸੀਮਨ ਦੇ ਜਗਪਾਲ? ਕੋਹੀਨੂਰ ਦੀ ਹੈ ਬਾਈ। ਕੋਹੀਨੂਰ ਦੀ ਤੇ ਲੰਬੀ ਲੂੰਜੀ ਬਹੁਤ ਆ ਹਨਾ? ਹਾਂ ਹਾਂ ਬਾਈ, ਪੂਰੀ। ਹਾਂ, ਤੇ ਬਣਾਵਟ ਬਹੁਤ ਸ਼ਾਨਦਾਰ, ਤੇ ਆ ਚੜਾਈ ਚੜੂਈ ਬਹੁਤ ਆ ਗਈ ਇੱਥੋਂ, ਤਕਰੀਬਨ ਗਿੱਠ ਦੇ ਏੜ ਗੇੜ ਚੜਾਈ ਆ ਗਈ ਤੇ ਐਕਟਿਵ ਆ ਪੂਰੀ ਕੱਟੀ। ਕਿੰਨੇ ਕੁ ਦਿਨ ਦਾ ਸੂਆ ਹੋ ਗਿਆ ਬਾਈ ਇਹਨੂੰ? ਹੋ ਗਏ ਬਾਈ 20-25 ਦੇ ਵਿੱਚ ਵਿੱਚ ਹੋ ਗਿਆ। ਮੈਲੇ ਲੱਗ ਗਈ? ਹਾਂ ਹਾਂ ਬਾਈ। ਆ ਮੈਲੇ ਬਾਈ ਕਹਿੰਦਾ ਚੱਲ ਗਈ, ਤੇ ਇੱਥੋਂ ਗਹਿਰੀ ਮਾਰਦੀ ਆਰਡਰ ਕੁਆਲਿਟੀ ਦੇ ਕੈਮਰਾ। ਇਹ ਝੋਟੀ ਇਧਰਲੇ ਬੰਨੇ ਜਾਊਗੀ, ਆਰਡਰ ਬਹੁਤ ਕਮਾਲ ਦਾ ਰੱਖਦੀ ਆ। ਇਹ ਇੱਥੋਂ ਕਰਾ ਦੇ ਜੈਕਾ। ਸੂਆ ਜਗਪਾਲ ਕਿਹੜਾ ਬਾਈ? ਦੂਜਾ ਵੀਰੇ ਸੂਆ ਦੂਜਾ। ਇੱਕ ਗੱਲ ਹੋਰ ਦੱਸ ਦੇਣਾ, ਜਿਹੜਾ ਟਾਈਮ ਆ, ਟਾਈਮ ਚ ਬਾਈ ਦਾ 1.5-2 ਘੰਟੇ ਪਏ ਨੇ ਹਜੇ, ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਧੋਰ ਬਾਈ ਹੋ ਕੇ। 20-25 ਦਿਨ ਦੀ ਸੂਈ ਆ ਸੂਆ ਦੂਜਾ। ਇਹ ਘਰ ਦੀ ਝੋਟੀ ਆ ਬਾਈ? ਹਾਂ ਵੀਰੇ, ਆਪਣੇ ਘਰ ਦੀ ਹੈਗੀ ਹੈ। ਕਿੰਨਾ ਦੁੱਧ ਜਗਪਾਲ ਕਹਿ ਲਈਏ ਹੁਣ ਤਿਆਰ ਹੈ? ਹੁਣ ਵੀਰੇ 16 ਕਹਿ ਕੇ ਸਕਦੇ ਆ ਆਪਾਂ, ਪਰ 15 ਕਹਿ ਕੇ ਦੇਵਾਂਗੇ ਆਪਾਂ। 16 ਹਾਜ਼ਰ ਆ ਕੰਡੇ? ਹਾਂ ਵੀਰੇ, 16 ਹਾਜ਼ਰ ਆ, ਪਰ 15 ਕਹਿ ਕੇ ਦਿਓ। ਆ ਦੁੱਧ ਬਾਈ ਕਹਿੰਦਾ ਕੰਡੇ ਦਾ ਇਹਦੇ ਥੱਲੇ ਇਸ ਟਾਈਮ 16 ਕਿਲੋ ਹਾਜ਼ਰ ਆ। ਇੱਕ ਹੁੰਦਾ ਲੀਟਰ ਵਾਲਾ ਕੰਮ, ਲੀਟਰ ਵਾਲਾ ਸਿਸਟਮ ਨਹੀਂ ਹੈਗਾ ਬਾਈ ਕਹਿੰਦਾ, ਇਹ ਹੈਗਾ ਕੰਡੇ ਵਾਲਾ ਦੁੱਧ ਆ। ਕੱਦ ਵੀ ਫੁੱਲ ਆ ਝੋਟੀ ਦਾ ਤੇ ਲੰਬੀ ਲੁੰਬੀ ਵੀ ਫੁੱਲ ਆ। 13 ਹੋਰ ਕਮਾ ਦੇ ਬਾਈ, ਐ ਉਹ ਟਰੈਕਟਰ ਬਣੀ ਕਮਾ ਕੇ ਮੋੜ ਲਾ। ਤੇ ਜਿਹੜਾ ਮੇਨ ਆ ਗਿਆ ਪਲੱਸ ਪੁਆਇੰਟ ਨਾਲ ਇਹਦੇ ਆ ਗਈ ਸੱਜਣੋ ਕੱਟੀ। ਕੱਟੀ ਬਾਈ ਕੋਹੀਨੂਰ ਦੀ ਆ? ਹਾਂ ਵੀਰੇ, ਕੋਈ ਸਾਰਾ ਆਪਾਂ ਦੇਵਾਂਗੇ ਬਾਇਓ ਡਾਟਾ। ਠੀਕ ਆ, ਇਹ ਟੀਕਾ ਆਪਾਂ ਨੇ ਆਪ ਹੀ ਲਵਾਇਆ ਦੀ? ਹਾਂ ਹਾਂਜੀ ਹਾਂਜੀ ਬਾਈ ਜੀ। ਤੇ ਚਵਾਈ ਦੀ ਕਿੱਦਾਂ ਬਾਈ? ਬਾਈ ਚਵਾਈ ਦਾ ਜਮੀ ਜੈ ਜੀ ਗਾਂ ਚੋਲੀ ਜਿਹੇ ਜੀ ਇਹ ਚੋਲੀ। ਠੀਕ ਆ ਗੱਲ, ਆ ਲੈ ਚੱਲ ਬਾਈ ਇਹਨੂੰ। ਚਵਾਈ ਦੀ ਬਾਈ ਕਹਿੰਦਾ ਬਿਲਕੁਲ ਪੋਲੀ ਆ ਗਈ ਤੇ ਆ ਗਈ ਸੱਜਣੋ ਫਿੱਟ ਫਿੱਟ ਜੀ, ਜਿਵੇਂ ਆਪਾਂ ਕਹਿੰਦੇ ਨੇ ਕੋਈ ਓਵਰ ਫੈਟ ਨਹੀਂ ਹੈਗੀ ਝੋਟੀ ਦੀ ਕਿਸੇ ਵੀ ਪੱਖ ਤੋਂ। ਛੱਡਲਾ ਸਿੱਟਾ ਤਾਂ ਨਹੀਂ ਬਾਈ? ਨਾ ਨਾ, ਜਮੀ ਨਹੀਂ ਬਾਈ, ਇਹ ਆਪਣੀ ਗਰੰਟੀ ਆ। ਉਹ ਬਾਈ ਕਹਿੰਦਾ ਗਰੰਟੀ ਰਹੂਗੀ ਹਰੇਕ ਚੀਜ਼ ਤੋਂ, ਛਰਲੇ ਛਿੱਟੇ ਦੀ, ਟੈਟ ਫੈਟ ਦੀ, ਭਾਰ ਬੋਝ ਦੀ। ਬਾਈ ਇਹਦਾ ਬਾਈ 31 ਆ। ਨਹੀਂ, ਭਾਰ ਬੋਝ ਦੀ ਮੈਂ ਕਿਹਾ, ਭਾਰ ਬੋਝ ਦੀ ਗਰੰਟੀ। ਹਾਂ ਹਾਂ ਬਾਈ, ਭਾਰ ਦੀ, ਥਣ ਦੀ, ਸਾਰੇ ਦੀ ਆਪਣੀ ਗਰੰਟੀ ਆ। ਹਾਂਜੀ, 1,30,000 ਬਾਈ। ਹਾਂ, 1,30,000 ਬਾਈ ਕਹਿੰਦਾ ਇਹਦਾ ਲੈਣਾ ਝੋਟੀ ਦਾ। ਨਾਲ ਆ ਗਈ ਕੱਟੀ, ਦੁੱਧ ਆ ਗਿਆ ਕੰਡੇ ਦਾ 16 ਕਿਲੋ ਹਾਜ਼ਰ। ਚੋਣ ਚਵਾਉਣ ਵਾਲੇ ਮਾਮਲੇ 'ਚ ਹਰੇਕ ਪੱਖ ਤੋਂ ਬਾਈ ਕਹਿੰਦਾ ਓਟ ਰਹੂਗੀ। ਤੇ ਡੰਗ ਦੋ ਡੰਗ ਚਵਾ ਦਾਂਗੇ ਬਾਈ? ਹਾਂ ਬਾਈ, 2-3-4-5 ਜਿੰਨੇ ਮਰਜ਼ੀ ਡੰਗ ਚੋਣ। ਠੀਕ ਹੈ ਗੱਲ। ਹਾਂ, ਆ ਤਸੱਲੀ ਬਾਈ ਦੀ, ਘਰੇ ਆ ਕੇ ਕਰ ਲਿਓ, ਜੇ 2 ਟਾਈਮ ਕਰ ਲਿਓ 4 ਕਰ ਲਿਓ ਬਾਈ, ਹੈਨਾ ਜਮਾ ਬਾਈ। ਤੇ ਹੁਣ ਮਾਰ ਦੇਗਾ ਯਾਰ 2 ਨੰਬਰ ਵਾਲੀ ਵੱਛੀ ਦੇ ਕੈਮਰਾ। ਇਹਦਾ ਸੂਆ ਕਿਹੜਾ ਬਾਈ? ਇਹਦਾ ਬਾਈ ਤੀਜਾ ਐਤਕੀ ਸੂਣਾ ਆਏ ਨੇ। ਤੀਜਾ ਸੂਣਾ ਆ, ਵਪਾਰੀ ਦਾ ਯਾਰ ਦੂਜੇ ਹੀ ਕਹਿੰਦੇ ਹੁੰਦੇ ਆ। ਵਾ ਆਪਾਂ ਨਹੀਂ ਬਾਈ ਉਹ ਵੀ ਠੀਕ ਹੈ ਗੱਲ। ਮੈਂ ਕਿਹਾ ਵਪਾਰੀਆਂ ਕੋਲੇ ਤਾਂ ਨਹੀਂ ਜ਼ਿਆਦਾਤਰ ਨਾ, ਦੂਜੇ ਹੀ ਹੁੰਦੀ ਵਪਾਰੀ ਕੋਲੇ। ਬਣਨਾ ਬੁਣਨਾ ਬਹੁਤ ਹੈ ਇੱਥੇ, ਵਪਾਰੀ ਆਮ ਜੇ ਕਹਿ ਲਈਏ ਨਾ। ਨਹੀਂ ਨਹੀਂ ਬਾਈ, ਦੂਜਾ ਸੂਈ ਕਹਿੰਦੇ, ਪਰ ਬਾਈ ਕਹਿੰਦਾ ਜੈਨੂਅਨ ਤੀਜਾ ਸੋਨਾ। ਤੇ ਵਜਨ ਵੁਜਨ ਚੰਗਾ ਬਾਈ ਬੈਠ ਜਾ ਨਾ, ਤੇ ਨਾੜਾ ਨੂੜਾ ਸੋਹਣੀਆਂ ਬਣਾਊਗੀ ਲੇਵੇ ਤੇ। ਕਿੰਨੇ ਕੁ ਦਿਨ ਕੱਢੂ ਬਾਈ? ਲੈ ਜੂ ਬਾਈ 15 ਤੋਰ ਖੋਲ ਕੇ, 15 ਦਿਨ ਬਾਈ ਕਹਿੰਦਾ ਪੈਂਡਿੰਗ ਨੇ। ਇਹ ਜਗਪਾਲ ਆਪਾਂ ਲਿਆਂਦੀ ਆ ਬਾਈ? ਇਹ ਲਿਆਂਦੀ ਆ ਬਾਈ ਆਪਾਂ। ਠੀਕ ਹੈ ਗੱਲ। ਤੇ ਇਹਦਾ ਬਾਇਓ ਡਾਟਾ ਸੀਮਨ ਸੂਮਨ ਦੱਸ ਦਿਆਂਗੇ? ਹਾਂ ਬਾਈ, ਇਹਦਾ ਸਾਰਾ ਫੋਨ ਤੇ ਆਪਾਂ ਕਰ ਦਿਆਂਗੇ, ਜਿਹੜਾ ਲਿਖਿਆ ਪਿਆ ਸਾਰਾ ਕੁਝ। ਠੀਕ ਹੈ ਗੱਲ। ਹਾਂਜੀ, ਇਹ ਆਪਾਂ ਫਾਰਮ 'ਚ ਲੈ ਕੇ ਆ ਬਾਈ? ਇਹ ਬਾਈ ਫਾਰਮ 'ਚ ਲੈ ਆ ਬਾਈ। ਠੀਕ ਹੈ ਗੱਲ। ਇਹ ਬਾਈ ਕਹਿੰਦਾ ਆਪਾਂ ਫਾਰਮ 'ਚ ਲੈ ਕੇ ਆਏ। ਤੇ ਦੁੱਧ ਇਹਦਾ ਕਿੰਨਾ ਕੁ ਦੱਸਿਆ ਬਾਈ? ਇਹਦਾ ਬਾਈ ਉਹਨਾਂ ਨੇ ਤਾਂ ਆਪਾਂ ਨੂੰ 30+ ਕਿਹਾ। ਠੀਕ ਹੈ ਜੀ। ਹਾਂ,
ਤੇ ਬਾਕੀ ਆਪਾਂ ਤਾਂ ਇਹ ਆਖਾਂਗੇ, ਮੈਂ ਕਹਿੰਦਾ ਵੀ ਆਪਦੀ ਜੱਜਮੈਂਟ ਨਾ ਲੈ ਜੀ, ਹੈ ਨਾ, ਜਮਾ ਜਮਾ ਬਾਈ ਜੀ ਜੱਜਮੈਂਟ ਨਾ ਕਰਕੇ 30 ਮੰਨ ਕੇ ਚੱਲਦੇ ਆਪਾਂ, ਉਹਨੇ 30 ਪਲੱਸ ਗਿਆ। ਠੀਕ ਹੈ ਜੀ, ਹਾਂਜੀ ਬਾਈ ਜੀ, ਆ ਘੁਮਾ ਦੀ ਮੈਂ ਕਿਹੜਾ ਹੋ ਰਿਹਾ ਇਹਨੂੰ, ਤੇ ਆ ਗਈ ਸੱਜਣ ਐਚ ਐਫ 'ਚ, ਆਪ ਕਿਹੜੇ ਸੀਮਨ ਦੀ ਆ ਤੇ ਲੱਗਿਆ ਕਿਹੜਾ, ਉਹਦੀ ਡਿਟੇਲ ਬਾਈ ਕਹਿੰਦਾ ਆਪਣੇ ਕੋਲ ਲਿਖੀ ਪਈ ਆ, ਉਹ ਸਾਰਾ ਆਪਾਂ ਲਿਖਤੀਨਾਮਾ ਦਿਖਾ ਦਾਂਗੇ। ਤੇ ਬਾਕੀ ਆਈ ਫਾਰਮ 'ਚੋਂ ਆ ਬੈਡ ਚੰਗੀ ਆ, ਦਿਨ ਕੱਢਦੀ ਆ ਬਾਈ ਕਹਿੰਦਾ 15, ਹੱਥੀ ਚਬਾਈ ਵਾਲਾ ਥਾਂ ਲੱਗਿਆ, ਚਾਹੇ ਹੱਥੀ ਚਬਾਈ ਕਰ ਲਿਓ ਤੇ ਚਾਹੇ ਕਰ ਲਿਓ ਸੱਜਣੋ ਮਸ਼ੀਨੀ ਚਬਾਈ। ਜੇ ਜਗਪਾਲ ਕਿਸੇ ਨੇ ਆਈ ਮੰਗਾਉਣੀ ਹੋਈ ਆਨਲਾਈਨ, ਇਹ ਗੱਬਣੀ ਥਣਾ ਥੁਣਾ ਦੀ ਓਟ ਤੇ ਭੇਜ ਦਾਂ ਵੀਰੇ, ਜਮਾ ਆਪਾਂ ਵੀਡੀਓ ਕਾਲ ਕਰਕੇ ਹੈ ਨਾ ਸਾਰਾ ਪਾਸ ਕਰਕੇ ਠੀਕ ਆ ਜੀ, ਆਦੀ ਗਾਰੰਟੀ ਤੇ ਭੇਜਾਂਗੇ ਬਾਈ। ਠੀਕ ਆ ਗੱਲ, ਹਾਂਜੀ ਬਾਈ, ਉਹ ਬਾਈ ਕਹਿੰਦਾ ਥਣਾ ਦੀ ਇਹਦੀ ਤਸੱਲੀ ਹੋਊਗੀ ਜੇ ਕਿਸੇ ਸੱਜਣ ਨੇ ਗੱਬਣ ਬਾਈ ਤੋਂ ਆਨਲਾਈਨ ਗੱਬਣੇ ਮੰਗਾਉਣੀ ਆ, ਤੇ ਬਣੂ ਬਣੂਗੀ ਬਹੁਤ, ਤੇ ਬਾਡੀ ਇਹਦੀ ਜੇ ਗੱਲ ਕਰ ਲਈ ਨਾ ਮੱਝਾਂ ਨਾਲ ਦੀ ਆ ਗਈ ਬਾਈ, ਹੈ ਨਾ, ਹਾਂ ਬਾਈ ਮੱਝਾਂ ਨਾਲ ਦੀ ਜਮਾ ਢਾਂਚੇ ਦੀ ਆ ਗਈ, ਇੱਥੇ ਦਿਖਾ ਦੀ ਗਰੀ ਹੋਏ, ਥੋੜਾ ਜਿਹਾ ਰੇਤੇ ਤੇ ਖੜੀ ਆ ਉਹਦੇ ਕਰਕੇ ਤੁਹਾਨੂੰ ਲੱਗੂਗਾ, ਪਰ ਉਦਾਂ ਓਕੇ ਦੀ ਰਿਪੋਰਟ ਆ ਹਰੇਕ ਪੱਖ ਤੋਂ। ਹਜੇ 15 ਦਿਨ ਲੈ ਜੂ ਬਾਈ ਜੀ। ਇਹਦਾ ਰੇਟ ਕੀ ਰਹੂਗਾ ਬਾਈ? ਇਹਦਾ ਬਾਈ 1-30 ਆ, 1,30,000। ਹਾਂ, ਤੇ ਮਾਨਤਾਣੇ ਚੋਂ ਕਰ ਦਾਂਗੇ, ਮਾਫੀ ਮੁਫੀ ਕਰ ਦਾਂਗੇ। ਹਾਂ ਮਾਫੀ ਕਰ ਦਾਂਗੇ, ਕੋਈ ਦਿੱਕਤ ਵਾਲੀ ਗੱਲ, ਮਾਨਤਾਣ ਬਾਈ ਕਹਿੰਦਾ ਇਹਦੇ ਚੋਂ ਕਰ ਦਾਂਗੇ ਖੁੱਲਾ, ਜਿਹੜੇ ਸੱਜਣ ਨੇ ਲਿਜਾਣੀਆਂ ਤੇ ਬਾਨਾ ਬੋਨਾ ਬਹੁਤ, ਠੰਡੀ ਸੀਲ ਬਹੁਤ ਲੇਬਰ ਰੱਖੂਗੀ, ਇਹ ਮੰਨ ਲਓ ਤੁਸੀਂ ਬਿਲਕੁਲ ਫਿਕਸ ਫਿਕਸ ਜਿਹੀ ਰੱਖੂਗੀ। ਹਾਂ ਹਾਂ ਹਾਂ, ਕੋਈ ਐ ਨਹੀਂ ਲੌਂਕ ਮਾਰੀ ਢੱਲਣੀ ਹੈਗੀ। ਠੀਕ ਹੈ ਜੀ, ਤੇ ਹੁਣ ਮਾਰ ਦੇ ਗਿਆ ਰੀ ਆ ਜਰਸੀ ਦੇ ਕੋਲ ਢੋਰ ਬਾਈ ਖੋਲ ਕੇ ਇਹਨੂੰ ਵੀ, ਤੇ ਇਹਦੀ ਤਿਆਰੀ ਜੀ ਆਉਂਦੀ ਆ ਸੋਹਣੀ ਕਰਦੀ ਆ ਨਾ ਬਾਈ, ਮੈਨੂੰ ਲੱਗਦਾ 4 ਲੈ ਜੇ 5 ਤੇਰੇ ਸਾਹਮਣੇ ਆ। ਹਾਂ, ਇਹ ਤਿਆਰੀ ਸੋਹਣੀ ਮਾਰਦੇ ਆ, ਤੇ ਸੁਭਾਅ ਜੀ ਬਾਈ ਕਹਿੰਦਾ ਠੰਡੀ ਆ, ਜਮੀ ਠੰਡੀ ਆ ਬਾਈ, ਤੇ ਥਾਣੇ ਨੂੰ ਮੱਜਾਂ ਨਾਲ ਦੇ ਆ ਗਿਆ ਤਕਰੀਬਨ ਜੇ ਮੱਜਾਂ ਨੂੰ ਲੱਗਾ ਹੁੰਦਾ ਉਦਾਂ ਦਾ ਹੀ ਲੱਗਿਆ, ਧੋਰ ਤੂੰ ਜਾ ਇਹਨੂੰ। ਆਜੋ, ਇਹਦਾ ਕਿਹੜਾ ਸੂਆ ਬਾਈ? ਇਹਦਾ ਬਾਈ ਤੀਜਾ, ਤੀਜਾ ਸੂਆ। ਹਾਂ, ਇਹਨੂੰ ਇਹ ਦੂਜਾ, ਪਰ ਇਹਦਾ ਤੀਜਾ ਇਤ ਕੀ ਸੂਣਾ ਇਹਨੇ। ਠੀਕ ਆ ਜੀ, ਕਿੰਨੇ ਦਿਨ ਕੱਢੂਗੀ ਬਾਈ? ਇਹ 5-4 ਦਿਨ ਕੀ ਕੱਢੂ, ਪੂਰੀ ਤਿਆਰੀ ਆ ਬਾਈ, 5-4 ਦਿਨ ਕੱਢ ਦੂ ਨਾ। ਹਾਂ ਹਾਂ, ਉਹ ਲੇਬਾ ਬਹੁਤ ਸੋਹਣਾ ਬਣਾਊਗੀ। ਹਾਂ ਹਾਂ, ਅੱਗੇ ਪਿੱਛੇ ਦਾ ਆਰਡਰ ਬਣਾਉ। ਹੈਲੋ, ਤੇ ਥਣ ਦਾ ਸਾਈਜ਼ ਵੀ ਸੋਹਣਾ ਲੱਗਿਆ। ਆ ਜਾ ਆ ਜਾ, ਤੇ ਬਾਕੀ ਮੱਝਾਂ ਨਾਲ ਦੀ ਲੱਗਿਆ ਜੀ ਗੱਲ ਕਰ ਲਈਏ, ਥਣ ਦਾ ਸਾਈਜ਼ ਆ ਗਿਆ ਮੱਝਾਂ ਨਾਲ ਦਾ, ਤੇ ਇਹ ਆ ਗਈ ਜਰਸੀ ਨਸਲ 'ਚ, ਕੱਦੇ ਦਾ ਜਿੱਦਾਂ ਦਾ ਜਰਸੀਆਂ ਦਾ ਹੁੰਦਾ ਉਦਾਂ ਦੀ ਹਾਈਟ ਆ ਗਈ, ਜਿਵੇਂ ਆਪਾਂ ਕਹਿ ਲਈਏ ਵੀ ਐਚ ਐਫ ਦੇ ਮੁਕਾਬਲੇ ਇਹਨਾਂ ਦੀ ਹਾਈਟ ਦਾ ਥੋੜਾ ਜਿਹਾ ਫਰਕ ਹੁੰਦਾ ਜਰਸੀ ਦਾ, ਕਿਉਂਕਿ ਐਚ ਐਫ ਦੀ ਹਾਈਟ ਜ਼ਿਆਦਾ ਵੱਡੀ ਆ ਜਾਂਦੀ ਆ, ਪਰ ਆ ਗਈ ਇਹ ਪੰਜਾਬ ਵਾਲੀ, ਉਹ ਚੀਜ਼ ਦੀ ਗਰੰਟੀ ਦੇਊਗੀ ਹਰੇਕ ਪੱਖ ਤੋਂ ਵੀ ਹਿਮਾਚਲ ਵਾਲੀ ਨਹੀਂ ਹੈਗੀ, ਹੈਗੀ ਪੰਜਾਬ ਵਾਲੀ ਆ, ਵਜਨ ਵਾਲੀ ਆ, ਚੰਗੇ ਵਾਲੀ। ਤੇ ਲੈ ਚਲੋ ਜੀ ਘੁਮਾ ਕੇ, ਕਿੰਨਾ ਕੁ ਦੁੱਧ ਦੱਸਿਆ ਬਾਈ ਦਾ? ਬਾਈ ਇਹ 25 ਕਿਲੋ, 25 ਕਿਲੋ। ਹਾਂ ਬਾਈ, ਫੈਟ ਆਉਂਦੀ ਆ ਮੱਝਾਂ ਨਾਲ ਦੀ ਬਾਈ, ਮੱਝਾਂ ਵਾਲੀ ਫੈਟ ਤੇ ਜਿਹੋ ਜਿਹਾ ਮੱਝਾਂ ਦਾ ਪਤਾ, ਜਿਹੋ ਜਿਹਾ ਦਾ ਪਤਾ। ਠੀਕ ਹੈ ਗੱਲ, ਕਿਉਂਕਿ ਜਰਸੀ ਦੀ ਜਿਹੜੀ ਫੈਟ ਪਰਸੈਂਟੇਜ ਹੁੰਦੀ ਆ ਉਹ ਸੱਜਣੋ, ਇਹ ਮੰਨ ਲਓ ਵੀ ਤੁਸੀਂ ਮੱਝਾਂ ਦੇ ਨਾ ਏੜ ਗੇੜ ਹੀ ਹੁੰਦੀ ਆ, 5-0 ਤੋਂ ਲਾ ਕੇ 6-0, ਹਾਂ ਹਾਂ, ਬਸ ਇਹਦਾ ਮੇਲ ਹੀ ਹੁੰਦੀ ਆ, 6 ਤੱਕ ਵੀ ਆ ਜਾਂਦੀ ਆ ਫੈਟ। ਤੇ ਬਾਕੀ ਮੇਨ ਗੱਲ ਆ ਜਿਹੜੀ ਵੱਛੀ ਥੱਲੇ ਦੀ ਬਿਲਕੁਲ ਸਾਫ਼ ਆ ਗਈ, ਤੇ ਲੇਵਾ ਸੋਹਣਾ ਬਣਾਊਗੀ, ਤੇ ਬਣਾਊਗੀ ਅੱਗੇ ਪਿੱਛੇ ਦਾ ਲੇਵਾ। ਦੁੱਧ ਜੰਬਾਈ ਨੇ ਦੱਸਿਆ ਵੀ 25 ਕਿਲੋ ਦੀ ਇਹਦੀ ਰਿਪੋਰਟ ਮਿਲੀ ਹੋਈ ਆ, ਤੇ ਥਾਣੇ ਨੂੰ ਹੱਥੀ ਚਬਾਈ ਵਾਲੀ ਲੱਗਿਆ। ਇਹਦਾ ਰੇਟ ਕੀ ਰਹੂ ਜਗਪਾਲ? ਇਹ ਵੀਰੇ 95 ਮੁੱਲ ਆ, ਇਹਦਾ ਮਾਨਤਾ ਨੂੰ ਹੋ ਜਾਊਗਾ 95 ਚੋਂ। ਹਾਂ, ਜੇ ਕਿਸੇ ਨੇ ਜੋੜੇ ਹੀ ਲੈਣਾ ਹੋਇਆ, ਇਹ ਜੋੜੇ ਚੋਂ, ਜੋੜੇ ਦਾ ਆਪਾਂ ਕਰ ਦਿਆਂਗੇ ਬਾਈ, ਦੋਨਾਂ 'ਚ ਹੀ ਮੁੱਲ ਆਪਣਾ ਮਾਨਤਾ ਕਰ ਦਿਆਂਗੇ। ਠੀਕ ਹੈ, ਜੇ ਜੋੜਾ ਲੈਂਦਾ ਵੱਧ ਕਰ ਦਿਆਂਗੇ। ਠੀਕ ਹੈ, ਸਿੰਗਲ ਸਿੰਗਲ ਲੈਂਦੇ ਫਿਰ ਉਹ ਜਾ ਮਾਨਤਾ ਦੇ ਕੇ ਮੋੜਾਂਗੇ ਨਾ ਸੱਜਣਾ। ਕਹਿਣ ਦਾ ਭਾਵ ਬਾਈ, ਆ ਨੰਬਰ ਬੋਲ ਦਿਓ ਜੀ, 99-155 ਹਾਂਜੀ 40-729 99-155-40-729 ਬਾਈ ਦਾ ਨੰਬਰ ਆ, ਪਿੰਡ ਧੌਲਾ, ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। 3 ਪਸ਼ੂ ਦਿਖਾਤੇ, 1 ਜਰਸੀ ਦਿਖਾਤੀ ਚੰਗੀ, 1 ਐਚ ਐਫ ਦਿਖਾਤੀ ਫਾਰਮ ਵਾਲੀ, ਤੇ 1 ਦੂਜਾ ਸੂਆ ਝੋਟੀ ਦਿਖਾਤੀ 16 ਕਿਲੋ ਤਿਆਰ ਦੁੱਧ ਵਾਲੀ। ਸੰਪਰਕ ਬਾਈ ਨਾਲ ਕਰ ਲਿਓ, ਨੰਬਰ ਬਾਈ ਦਾ ਚੱਲੀ ਜਾਂਦਾ। ਧੰਨਵਾਦ ਜੀ।